ਦੁਆਪਰ ਯੁਗ ਵਿੱਚ ਭਗਵਾਨ ਕ੍ਰਿਸ਼ਨ 16 ਕਲਾ ਅਵਤਾਰ ਹੋਏ ਨੇ, ਉਹਨਾਂ ਦਾ ਸਭ ਤੋਂ ਪਿਆਰਾ ਸੇਵਕ ਸੀ ਅਰਜਨ। ਇਹ ਸਖਾ ਸੇਵਕ ਸੀ ਅਰਜਨ। ਅਰਜਨ ਦੇ ਮਨ ਚ ਹੰਕਾਰ ਹੋ ਗਿਆ, ਸੁਭਾਵਿਕ ਹੋ ਜਾਂਦਾ ਸਾਸੰਗ ਜੀ ਕਿ ਦੁਆਪਰ ਯੁਗ ਦਾ ਅਵਤਾਰ ਭਗਵਾਨ ਕ੍ਰਿਸ਼ਨ ਮੇਰਾ ਰੱਥ ਚਲਾਉਂਦਾ ਹੈ। ਭਗਵਾਨ ਨੂੰ ਮਿਲਣ ਵਾਸਤੇ ਦੁਨੀਆ ਲੈਂਦੀ ਹੈ ਤੇ ਕਿੰਨਾ ਕਿੰਨਾ ਸਮਾਂ ਮਿਲਦਾ ਹੀ ਨਹੀਂ, ਤੇ ਭਗਵਾਨ ਮੇਰਾ ਰੱਥ ਚਲਾਉਂਦੇ। ਜਿਹੜੀ ਜੀਵ ਤੇ ਬ੍ਰਹਮ ਦੇ ਵਿਚਾਲੇ ਕੰਧ ਬਣ ਕੇ ਖੜੀ ਹੈ ਉਹ ਹਉਮੈ ਹੰਕਾਰ। ਇਹਨੂੰ ਹੰਕਾਰ ਹੋ ਗਿਆ ਕਿ ਦੁਆਪਰ ਯੁਗ ਦੇ ਭਗਵਾਨ ਕ੍ਰਿਸ਼ਨ ਮੇਰਾ ਰੱਥ ਚਲਾਉਂਦੇ। ਤੇ ਹੰਕਾਰ ਦੀ ਨਿਸ਼ਾਨੀ ਕੀ ਹੈ? ਜਦ ਮਨ ਚ ਹੰਕਾਰ ਆਉਂਦਾ ਹੈ ਤਾਂ ਫਿਰ ਇਹਨੂੰ ਰੱਬ ਤੋਂ ਉਲਟ ਕਰ ਦਿੰਦਾ ਹੈ। ਜਿਹੜੇ ਕਹਿੰਦੇ ਨੇ ਮੈਂ ਬਾਣੀ ਪੜ੍ਹਦਾ ਪਰ ਨਾ ਮਨ ਨਹੀਂ ਲੱਗਦਾ ਹੈ, ਮੈਂ ਸਿਮਰਨ ਕਰਦਾ ਪਰ ਮਨ ਲੱਗਦਾ ਨਹੀਂ, ਤਾਂ ਫਿਰ ਵਿਚਾਰ ਕਰੇ ਮੇਰੇ ਮਨ ਚ ਕਿਹੜੀ ਗੱਲ ਦਾ ਮਾਨ ਹੈ, ਕਿਹੜੀ ਗੱਲ ਦਾ ਹੰਕਾਰ ਹੈ, ਉਹਦਾ ਤਿਆਗ ਕਰੇ। ਦੋ ਚੀਜ਼ਾਂ ਵਿਰੋਧੀ ਨੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਦੋ ਇਕੱਠੀਆਂ ਨਹੀਂ ਰਹਿੰਦੀਆਂ, ਨਾਮ ਤੇ ਹੰਕਾਰ। ਕ੍ਰਿਸ਼ਨ ਭਗਵਾਨ ਨੂੰ ਇੱਕ ਦਿਨ ਕਹਿੰਦਾ, ਰੱਥ ਤੁਸੀਂ ਚਲਾਉਂਦੇ ਹੋ ਤੇ ਸਾਫ ਕਿਸੇ ਤੋਂ ਕਰਾਉਂਦੇ ਹੋ? ਆਪ ਕਰਿਆ ਕਰੋ। ਠੀਕ ਹੈ ਅਰਜਨ, ਮੈਂ ਆਪ ਰੱਥ ਸਾਫ ਕਰਿਆ ਕਰਾਂਗਾ। ਸਮਝ ਰਹੇ ਨੇ ਵੀ ਅੰਦਰ ਬਿਮਾਰੀ ਵੱਧ ਰਹੀ ਹੈ। ਹੁਣ ਇੱਕ ਦਿਨ ਕਹਿੰਦੇ, ਆ ਜਿਹੜੇ ਘੋੜਿਆਂ ਨੂੰ ਰੱਥ ਵਿੱਚ ਜੋੜਦੇ ਹੋ ਘੋੜੇ, ਇਹਨਾਂ ਨੂੰ ਘਾਹ ਪੱਠੇ ਦਾਣਾ ਇਹਨਾਂ ਦੀ ਦਾਦ ਕੌਣ ਚੁੱਕਦਾ? ਭਗਵਾਨ ਕਹਿੰਦੇ ਤੁਹਾਡਾ ਚੱਕਰਵਰਤੀ ਰਾਜ ਨੌਕਰ ਚਾਕਰ ਕਰਦੇ ਨੇ, ਫਿਰ ਆਪ ਕਿਉਂ ਨਹੀਂ ਕਰਦੇ? ਕਹਿੰਦੇ ਮੈਂ ਆਪ ਕਰਿਆ ਕਰਾਂਗਾ। ਅਰਜਨ ਆਣ ਸਮਝ ਕੇ ਉਹਨੂੰ ਫੋੜਾ ਪੱਕ ਗਿਆ, ਇਹਨੂੰ ਚੀਰਾ ਦੇ ਦੇਣਾ ਚਾਹੀਦਾ, ਨਹੀਂ ਤਾਂ ਦੁੱਖ ਦੇਗਾ। ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਇਹ ਦੁੱਖ ਹਉਮੈ ਨੂੰ ਲੱਗਦਾ, ਹੰਕਾਰ ਨੂੰ ਲੱਗਦਾ, ਸਰੀਰ ਨੂੰ ਨਹੀਂ ਲੱਗਦਾ। ਇਹਦੇ ਮਨ ਵਿੱਚ ਇਹ ਹੰਕਾਰ ਸੀ, ਭਗਵਾਨ ਕ੍ਰਿਸ਼ਨ ਮੇਰਾ ਰੱਥ ਚਲਾਉਂਦੇ ਨੇ ਤੇ ਦੁਨੀਆਂ ਵਿੱਚ ਮੇਰੇ ਵਰਗਾ ਤੀਰ ਅੰਦਾਜ਼ ਨਹੀਂ ਕੋਈ। ਕਹਿੰਦਾ ਭਗਵਾਨ ਮੇਰੇ ਵਰਗਾ ਤੁਹਾਡਾ ਕੋਈ ਹੋਰ ਵੀ ਸੇਵਕ ਹੈ? ਭਗਵਾਨ ਕਹਿੰਦੇ ਅਰਜਨ, ਨਾ ਭਗਵਾਨ ਦਾ ਅੰਤ ਹੈ ਨਾ ਉਹਦੇ ਸੇਵਕਾਂ ਦਾ ਹੀ ਅੰਤ ਹੈ। ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣਾ ਹੈ ਮੇਰਾ ਨਾਮ ਜੀ ਜੀ, ਮੇਰੇ ਤੋਂ ਵੀ ਚੰਗਾ ਹੈਗਾ। ਕਹਿੰਦੇ ਅਰਜਨ ਬਹੁਤ ਨੇ, ਦਿਖਾਇਓ ਕਿਤੇ, ਦਿਖਾ ਦਾਂਗੇ ਅਰਜਨ ਤੈਨੂੰ। ਹੁਣ ਭਗਵਾਨ ਉਹਦਾ ਹੰਕਾਰ ਦੂਰ ਕਰਨਾ ਚਾਹੁੰਦੇ। ਕ੍ਰਿਸ਼ਨ ਭਗਵਾਨ ਰੱਥ ਚਲਾ ਰਹੇ ਨੇ ਅਰਜਨ ਦਾ। ਵੈਸੇ ਪਰਮੇਸ਼ਰ ਅਧੀਨ ਹੋ ਕੇ ਆਪਣੇ ਭਗਤਾਂ ਦੇ ਪ੍ਰੇਮ ਦੇ ਨੌਕਰ ਬਣ ਕੇ ਭਾਂਡੇ ਵੀ ਮਾਂਜਦਾ, ਰੱਥ ਚਲਾਉਣਾ ਤਾਂ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ। ਇਹ ਮਾਰਨੇ ਕੰਡੀਸ਼ਨ ਨਹੀਂ ਲਾਈ ਕਿ ਸਿੱਖ ਨਾਮ ਜਪੇਗਾ ਜਾਂ ਹਿੰਦੂ ਮੁਸਲਮਾਨ, ਜੋ ਵੀ ਤੇਰੀ ਭਗਤੀ ਕਰੇਗਾ ਪਰਮਾਤਮਾ ਉਹਨਾਂ ਦੇ ਕਾਰ ਸਵਾਰ। ਸੋ ਸਤਸੰਗ ਜੀ, ਭਗਵਾਨ ਅਰਜਨ ਕ੍ਰਿਸ਼ਨ ਰੱਥ ਚਲਾ ਰਹੇ ਨੇ। ਅਰਜਨ ਹਿਰਨ ਨਿਕਲਿਆ ਸ਼ਿਕਾਰ ਖੇਡਦਿਆਂ, ਅਰਜਨ ਕਹਿੰਦਾ ਤੇਜ ਕਰੋ ਰੱਥ। ਭਗਵਾਨ ਨੇ ਤੇਜ ਕਰ ਦਿੱਤਾ, ਹੋਰ ਤੇਜ ਕਰੋ। ਰੱਥ ਪਲਟ ਗਿਆ,
ਪਹੀਆ ਭਗਵਾਨ ਕ੍ਰਿਸ਼ਨ ਦੇ ਉੱਤੋਂ ਦੀ ਲੰਘ ਗਿਆ। ਪਾਣੀ ਦਾ ਘੜਾ ਸੀ ਜਿਹੜਾ ਡੁੱਲ ਗਿਆ। ਉਹ ਜਾਣ ਕੇ ਹਾਏ ਹਾਏ ਕਰੀ ਜਾਂਦੇ ਨੇ, ਅਰਜਨ ਜੇ ਮੈਨੂੰ ਬਚਾਉਣਾ ਛੇਤੀ ਪਾਣੀ ਲੈ ਕੇ। ਪਾਣੀ ਦਾ ਘੜਾ ਲੈ ਕੇ ਦੌੜਿਆ ਅਰਜਨ। ਅੱਗੇ ਕਿ ਦੇਖਿਆ ਕਿ ਛਪਰੀ ਹੈ, ਖੁੱਲੀ ਹੈ। ਉੱਧਰ ਨੂੰ ਗਿਆ ਦੌੜ ਕੇ, ਪਾਣੀ ਤਾਂ ਹੈ ਨਹੀਂ ਸੀ ਉੱਥੇ। ਕਿਰਪਾਨ ਟੰਗਿਆ ਸੀ, ਕਿਰਪਾਨ ਟੰਗੀ, ਤਲਵਾਰ ਟੰਗੀ ਹੋਈ ਸੀ। ਜਿਹੜੀ ਚੀਜ਼ ਦਾ ਕੋਈ ਸ਼ੌਂਕ ਰੱਖਦਾ, ਕਿਸੇ ਨੂੰ ਕੁੱਤੇ ਰੱਖਣ ਦਾ ਸ਼ੌਂਕ, ਕਿਸੇ ਨੂੰ ਘੋੜੇ ਰੱਖਣ ਦਾ, ਕਿਸੇ ਗੁਰਮੁਖ ਨੂੰ ਬਾਣੀ ਪੜਨ ਦਾ ਸ਼ੌਂਕ ਲੱਗਦਾ, ਥੋੜਿਆਂ ਨੂੰ ਇਹ ਸ਼ੌਂਕ ਲੱਗਦੇ ਸਿਮਰਨ ਕਰਨ ਦਾ। ਗੁਰੂ ਕਿਰਪਾ ਕਰੇ, ਆਪਾਂ ਨੂੰ ਸ਼ੌਂਕ ਲੱਗੇ ਗੁਰਸਿੱਖ ਬਣਨ ਦਾ, ਸਿਮਰਨ ਕਰਨ ਦਾ, ਬਾਣੀ ਪੜਨ ਦਾ। ਹੋਰ ਬੜੇ ਸ਼ੌਂਕ ਹੁੰਦੇ ਆ ਦੁਨੀਆਂ ਦੀਆਂ, ਤੇ ਹੁਣ ਅਰਜਨ ਨੂੰ ਸ਼ੌਂਕ ਸੀ ਸ਼ਾਸਤਰਾਂ ਦਾ। ਪਿਆਸ ਤਾਂ ਭੁੱਲ ਗਈ ਭਗਵਾਨ ਦੀ, ਉਹਨੇ ਕਿਰਪਾਨ ਚੱਕੀ, ਫੜ ਕੇ ਮੁੱਠੇ ਤੋਂ ਮਿਆਨ ਚੋਂ ਕੱਢਦਾ। ਅਰਜਨ ਤੋਂ ਮਿਆਨ ਚੋਂ ਕਿਰਪਾਨ ਨਹੀਂ ਨਿਕਲਦੀ। ਬੜਾ ਤਾਂ ਲਾਉਂਦਾ, ਕਦੇ ਬਹਿ ਕੇ, ਕਦੇ ਖੜ ਕੇ, ਕਦੇ ਮਿਆਨ ਚੋਂ ਕਿਰਪਾਨ ਨਹੀਂ ਨਿਕਲਦੀ। ਫਿਰ ਕਮਾਨ ਲਾ, ਕਮਾਨ ਫੜ ਕੇ ਉਹਦੀ ਤੰਦੀ ਖਿੱਚਦਾ। ਸਾਧ ਜੀ ਦੁਆਪਰ ਯੁੱਗ ਦਾ ਮੰਨਿਆ ਹੋਇਆ ਭਗਵਾਨ ਅਰਜਨ ਤੀਰ ਅੰਦਾਜ਼। ਕਿਸੇ ਸਮੇਂ ਉਹਦੇ ਵਰਗਾ ਆਸਾਨੀ ਨਹੀਂ ਸੀ। ਉਹ ਵੀ ਟਾਈਮ ਆਇਆ ਜਦੋਂ ਭੀਲਾ ਨੇ ਉਹਦੇ ਹੱਥੋਂ ਕਮਾਨ ਹੀ ਖੋਲਿਆ। ਸਮਾਂ ਸਮਰੱਥ, ਉਹੀ ਅਰਜਨ ਦੇ ਬਾਣ, ਉਹੀ ਅਰਜਨ ਦੇ ਹੱਥ। ਪਰ ਦੁਨੀਆਂ ਚ ਕਲਗੀਧਰ ਪਾਤਸ਼ਾਹ ਵਰਗਾ ਤੀਰ ਅੰਦਾਜ਼ ਨਹੀਂ ਹੋਇਆ ਕੋਈ, ਜਿਨ੍ਹਾਂ ਦਾ ਕਮਾਨ ਨੌ ਟਾਂਕ ਦਾ, ਵੱਡੇ ਤੋਂ ਵੱਡਾ ਸੂਰਮਾ ਦੋ ਟਾਂਕ ਤੱਕ ਕਮਾਨ ਚਲਾਉਂਦਾ ਸੀ। ਕਲਗੀਧਰ ਪਾਤਸ਼ਾਹ ਨੌ ਟਾਂਕ ਦਾ ਕਮਾਨ ਚਲਾਉਂਦਾ ਤੇ ਵਕਤ ਦੇ ਅਖੀਰ ਤੱਕ ਮਹਾਰਾਜ ਜਕਾਰੇ ਛੱਡਦੇ ਰਹੇ। ਉਹਨਾਂ ਵਰਗਾ ਦੁਨੀਆਂ ਤੇ ਨਹੀਂ ਹੋਇਆ ਕੋਈ। ਸਾਧ ਸੰਗਤ ਜੀ, ਸਾਨੂੰ ਮਾਣ ਹੈ ਕਿ ਅਸੀਂ ਉਸ ਘਰ ਦੇ ਸੇਵਕਾਂ ਜਿਨ੍ਹਾਂ ਦੀ ਕੋਈ ਗੱਲ ਦੁਨੀਆਂ ਦੇ ਕਿਸੇ ਨਾਲ ਮਨਾਈ ਨਹੀਂ ਜਾ ਸਕਦੀ। ਉਹ ਕਮਾਨ ਖਿੱਚਦਾ ਪਰ ਉੱਤੋਂ ਚਿੱਲਾ ਨਹੀਂ ਚੜਦਾ। ਕਦੇ ਗੋਡਾ ਲਾਲ ਨੇ ਧਰਤੀ ਨਾਲ ਵੀਰ ਆਸਣ ਲਾ, ਕਦੇ ਖੜ ਕੇ ਖਿੱਚਦੇ, ਉੱਤੋਂ ਚਿੱਲਾ ਨਾ ਚੜਿਆ। ਇੱਕ ਬਿਰਧ ਮਾਂ ਰੱਬ ਦੀ ਮਾਇਆ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾ, ਗੋਬਿੰਦ ਭਜਨ ਬਿਨ ਹੜਕਾ ਜਲ। ਬਿਰਧ ਮਾਂ ਤੁਰੀ ਆਉਂਦੀ ਹੈ। ਮਾਂ ਇਹ ਸ਼ਸਤਰ ਕਿਹਦੇ ਨੇ? ਮਾਈ ਕਹਿੰਦੀ ਮੇਰੇ ਹੀ ਨੇ। ਅਰਜਨ ਦੇਖਦੇ ਕੁੱਬ ਪਿਆ, ਕਮਾਨ ਵਾਂਗੂ ਸਰੀਰ ਝੂਠ ਮਾਰਨ ਦੀ। ਤੂੰ ਕੀ ਕਰਨਿਆ ਮਾਂ, ਕਿਉਂ ਤੈਨੂੰ ਕੋਈ ਸ਼ੰਕਾ ਹੈ? ਕਹਿੰਦਾ ਹਾਂ। ਲਿਆ ਫੜਾ ਫਿਰ ਕਿਰਪਾਨ। ਫੜੀ ਮਾਈ ਨੇ ਖਿੱਚ ਕੇ ਜਿਵੇਂ ਮੱਖਣ ਚੋਂ ਵਾਲ ਕੱਢੀ, ਪੈਰਾਂ ਥੱਲੋਂ ਮਿੱਟੀ ਸਿਰਕ ਗਈ। ਮੈਂ ਵੱਡਾ ਸੂਰਮਾ ਬਣਿਆ, ਆ ਬਿਰਧ ਮਾਂ ਦੀ ਕਿਰਪਾਨ ਮਿਆਨ ਚੋਂ ਨਿਕਲ। ਲਿਆ ਫੜਾ ਉਰੇ ਕਮਾਨ। ਅਰਜਨ ਨੇ ਉਹ ਮਾਈ ਨੂੰ ਫੜਾਇਆ, ਕਮਾਨ ਖਿੱਚੀ ਤੰਦੀ, ਕੰਨ ਤੱਕ ਲਾ ਤੀ ਉਹਨੇ। ਸੂਰਮਗਤੀ ਤਾਂ ਕਿਤੇ ਗਈ, ਪਾਣੀ ਹੋ ਗਿਆ ਸਰੀਰ,
ਕਹਿੰਦਾ ਮਾਂ ਤੂੰ ਕੀ ਕਰਨੇ ਸ਼ਸਤਰ ਮੈਨੂੰ ਦੇ ਦੇ। ਕਹਿੰਦੇ ਨਹੀਂ, ਸ਼ਸਤਰ ਕਿਸੇ ਕੰਮ ਵਾਸਤੇ ਰੱਖੇ। ਕੀ ਕਹੇ? ਕਹਿੰਦੇ ਇੱਕ ਪਾਂਡਵਾਂ ਦੀ ਰਾਣੀ ਹੈ ਦਰੋਪਦੀ, ਜਦੋਂ ਉਹਦੇ ਵਸਤਰ ਹਰਨ ਹੋਣ ਲੱਗੇ, ਉਹਨੇ ਪਹਿਲਾਂ ਜਿਹੜੀ ਪਬਲਿਕ ਸੀ, ਪ੍ਰਜਾ ਸੀ, ਉਹਦੀ ਓਟ ਲਈ, ਫਿਰ ਪਤੀਆਂ ਦੀ ਓਟ ਲਈ, ਫਿਰ ਬੜੀ ਸਿਆਣੀ ਬਣੀ। ਜਦੋਂ ਨਾ ਹੀ ਲਾ ਚੱਲਿਆ, ਫਿਰ ਇਹਨੇ ਮੇਰੇ ਭਗਵਾਨ ਅੱਗੇ ਅਰਦਾਸ ਕੀਤੀ, ਸਭ ਤੋਂ ਮਗਰੋਂ, ਅਤੇ ਕਰਨਾ ਹੀ ਚਾਹੀਦੀ ਸੀ ਸਭ ਤੋਂ ਪਹਿਲਾਂ ਭਗਵਾਨ। ਜਿੱਦਣ ਮਿਲ ਗਈ ਨਾ, ਆਹ ਕਿਰਪਾਨ ਨਾਲ ਉਹਦੇ ਦੋ ਡੱਕਰੇ ਕਰ। ਅਰਜਨ ਸੋਚਦੇ ਤਾਂ ਸਾਡੇ ਘਰ ਦੀ ਵਾਰੀ ਲੱਗੀ ਜਾਂਦੀ, ਅਤੇ ਮਾਂ ਕਮਾਉਣ ਦਾ ਕੀ ਕਰੇ? ਕਹਿੰਦੇ ਅਰਜਨ ਹੈ ਪਾਂਡਵਾਂ ਵਿੱਚ, ਕ੍ਰਿਸ਼ਨ ਭਗਵਾਨ ਉਹਦੇ ਪ੍ਰੇਮ ਦੇ ਦੀਨ ਹੋ ਕੇ ਉਹਦਾ ਰੱਥ ਚਲਾਉਂਦੇ ਨੇ, ਉਹਨੂੰ ਹੋ ਗਿਆ ਹੰਕਾਰ। ਉਹ ਕਹਿੰਦਾ ਉਹ ਰੱਥ ਵੀ ਤੁਸੀਂ ਆਪ ਹੀ ਸਾਫ ਕਰਿਆ ਕਰ। ਜਦੋਂ ਮੇਰੀ ਨਿਗਾਹ ਚੜ ਗਿਆ ਨਾ ਅਰਜਨ, ਜਿਵੇਂ ਸ਼ਿਕਾਰੀ ਗਲੇਲਾ ਮਾਰ ਕੇ ਕੁੰਡ ਦਿੰਦਾ, ਅਰਜਨ ਨੂੰ ਇਸ ਤਰ੍ਹਾਂ ਫੁੰਡ ਦੇਣਾ। ਅਰਜਨ ਨੇ ਘੜਾ ਚੱਕਿਆ, ਇੰਨੀ ਤੇਜ਼ ਦੌੜਿਆ, ਜਿਹਨੂੰ ਪਤਾ ਲੱਗ ਗਿਆ ਨਾ ਅਰਜਨ ਇਹੀ ਕਿਤੇ ਹੁਣੀ ਕੀਰਤਨ ਸੋਲਾ ਪੜ ਦੇਵੇ ਮੇਰਾ। ਜਦੋਂ ਆ ਕੇ ਦੇਖਿਆ ਭਗਵਾਨ ਠੀਕ ਠਾਕ ਬੈਠੇ, ਮਹਾਰਾਜ ਉਹ ਮਾਈ ਤੋਂ ਮਰਵਾ ਦੇਣ ਲੱਗੇ ਸੀ, ਇੱਥੇ ਦੱਸ ਦੇਣਾ। ਕਹਿੰਦੇ ਅਰਜਨ ਜਦੋਂ ਵਡਿਆਈ ਮਿਲਦੀ ਹੈ ਤੇ ਹੰਕਾਰ ਹੋਣਾ ਸੁਭਾਵਿਕ ਹੈ, ਤੇ ਹੰਕਾਰ ਦੀ ਇਹ ਨਿਸ਼ਾਨੀ ਹੈ ਕਿ ਹਰ ਜੀਓ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੈ, ਹੰਕਾਰ ਮੂਏ ਸੇ ਵਿਗਤੀ ਗਏ, ਮਰ ਜਨਮੈ ਫਿਰਿਆ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇਹੇ ਜਿਉਂ ਕੁੰਚਰ ਇਸ਼ਨਾਨ। ਇਹ ਜਿੰਨੀ ਆਪਾਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਦਾਨ ਪੁੰਨ ਭਜਨ ਪਾਠ, ਇਹ ਕੇਵਲ ਤਾਂ ਕੇਵਲ ਮਨ 'ਚ ਜਿਹੜੀ ਦੇਹ ਦਿਆ ਸੰਕਾਰ ਬਣੇ ਨੂੰ ਦੂਰ ਕਰਨ ਵਾਸਤੇ ਕਰਦੇ ਹਾਂ, ਅਤੇ ਜੇ ਸੇਵਾ ਸਿਮਰਨ ਕਰਕੇ ਦਾਨ ਪੁੰਨ ਕਰਕੇ ਮਨ 'ਚ ਹੰਕਾਰ, ਤਾਂ ਸਮਝਣਾ ਕਿ ਦਵਾਈ ਬੁਖਾਰ ਹਟਾਉਣ ਵਾਸਤੇ ਖਾਧੀ ਸੀ, ਪਰ ਦਵਾਈ ਰਿਐਕਸ਼ਨ ਕਰ ਗਈ, ਜਿਹੜੀ ਅੱਜ ਕੱਲ੍ਹ ਹੋ ਰਹੀ ਹੈ। ਸਾਸੰਗ ਕਿਸੇ ਗੁਰੂ ਘਰ ਦੇ ਵਿੱਚ ਸੇਵਾ ਸਿਮਰਨ ਦਾ ਝਗੜਾ ਨਹੀਂ, ਕਿਸੇ ਭਰਾ ਦਾ ਭਰਾ ਨਾਲ ਬੰਦਗੀ ਕਰਨ ਦਾ, ਨਿਤਨੇਮ ਕਰਨ ਦਾ ਝਗੜਾ ਨਹੀਂ ਹੈ। ਜਿੰਨੇ ਝਗੜੇ ਨੇ ਹੰਕਾਰ ਦੇ ਨੇ ਸਭ।